ਤਕਰੀਬਨ ਸਾਲ ਸਵਾ ਸਾਲ ਪਹਿਲਾਂ ਖੇਤੀ ਕਾਨੂੰਨ ਆਏ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਲਈ ਖੇਤੀ ਕਾਨੂੰਨ ਲਿਆਏ ਸੀ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਮੇਰੇ ਘਰ ਦੇ ਮੂਹਰੇ ਧਰਨਾ ਲਾਇਆ ਪਿੰਡੂ ਹੋਣ ਦੇ ਨਾਤੇ ਰਿਸ਼ਤੇ ਨਾਤੀਆਂ ਭੈਣ ਭਰਾ ਸਾਰਿਆਂ ਦੇ ਦਬਾਅ ਥੱਲੇ ਮੈਨੂੰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣਾ ਪਿਆ ਸੀ। ਔਰ ਅੱਜ ਮੈਂ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤਿੰਨੇ ਕਾਨੂੰਨ ਵਾਪਸ ਲੈ ਕੇ ਦੇਸ਼ ਦੇ ਕਿਸਾਨਾਂ ਦੇ ਨਾਲ ਇਨਸਾਫ ਕੀਤਾ। ਸਭ ਤੋਂ ਵੱਡੇ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨਾਲ ਖੜੀ ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਇਹ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਤੈਸੀ ਹੈ ਮਜ਼ਦੂਰ ਹਤੈਸੀ ਹੈ ਹਰ ਵਰਗ ਦੇ ਨਾਲ ਐਸੀ ਮਿਲ ਕੇ ਚੜਨਾ ਚੜਦੇ ਹੈ ਤੇ ਜਿਹੜੇ ਕਿਸਾਨ ਮੈਂ ਪਹਿਲਾਂ ਨਾਲ ਦੱ ਕਿਹਾ ਇਹਦੇ ਵਿੱਚ ਸੰਗਠਨ ਦੇ ਸ਼ਹੀਦ ਹੋਏ ਹੈ ਜੇ ਕੋਈ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਪਹਿਲੇ ਨਹੀਂ ਤੋਂ ਕਹਿ ਰਿਹਾ ਤੇ ਅਸੀਂ ਦੇ ਵੀ ਰਹੇ ਲੋਕ ਕਿਹਾ ਅਸੀਂ ਸਾਰਿਆਂ ਨੂੰ ਹੋਰਾਂ ਵਿਕੀਤ ਪਰਿਵਾਰ ਨੂੰ ਨੌਕਰੀ ਦੇ ਰਿਹਾ ਹੈ। ਧਮਾਗੇ ਸੀਐਮ ਚੰਦੀ ਨੇ ਘਰ ਜਾ ਕੇ ਖੁਦ ਪਰਿਵਾਰ ਨੂੰ ਸੌਂਪੇ ਨਿਯੁਕਤੀ ਪੱਤਰ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ। ਕਿਸਾਨਾਂ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਬਣਾਏਗੀ ਵੱਡਾ ਮੈਮੋਰੀਅਲ ਇੱਕ ਮੈਮੋਰੀਅਲ ਸੇਕਤ ਦੇ ਨਾਮ ਤੇ। ਇਸ ਆਲੂ ਨੂੰ ਜਿਸ ਤਰ੍ਹਾਂ ਉਹਦਾ ਨਾਮ ਦੱਸਾਂਗੇ ਐਸੀ ਇੱਕ ਪੰਜਾਬ ਦੇ ਵਿੱਚ ਠੁਕਮੀ ਜਗ੍ਹਾ ਤੇ ਵੱਡਾ ਮੈਮੋਰੀਅਲ ਇਹ ਸੰਗਰਸ਼ ਦੇ ਕਿਉਂਕਿ ਲੋਕਾਂ ਦਾ ਸੰਘਰਸ਼ ਹੈ ਆਜ਼ਾਦੀ ਤੋਂ ਬਾਅਦ ਜੇ ਕੋਈ ਵੱਡਾ ਸੰਗਰਸ਼ ਚੱਲਿਆ ਤਾਂ ਇਹ ਐ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਮੈਂ ਜਿਹੜੀ ਪਾਰਟੀ ਦੇ ਵਿੱਚ ਜਨਮ ਲਿਆ ਲੰਮਿਆ ਚਿਰ ਕੰਮ ਕੀਤਾ ਮੈਂ ਸਮਝਿਆ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਸਕਦੇ ਆ ਤੇ ਮੈਂ ਵੀ ਆਪਦੇ ਘਰ ਦੇ ਵਿੱਚ ਵਾਪਸ ਜਾਵਾਂ ਮੈਂ ਅੱਜ ਆਪਦੇ ਘਰ ਦੇ ਵਿੱਚ ਵਾਪਸੀ ਕੀਤੀ ਜਿਹੜੀ ਉਹਦੇ ਸੀਗੇ ਜੀ ਭਾਜਪਾ ਦੇ ਵਿੱਚ ਸੀ ਬੀਜੇਪੀ ਦੇ ਵਿੱਚ ਕਿਸਾਨ ਮੋਰਚਾ ਪੰਜਾਬ ਦਾ ਪ੍ਰਵਾਰੀ ਸੀ ਮੈਂ ਸਟੇਟ ਕਾਰਜਕਾਰੀ ਮੈਂਬਰ ਸੀ ਜਦੋਂ ਮੈਂ ਪਾਰਟੀ ਛੱਡੀ ਸੀ ਤੇ ਕੀ ਸਮਝਿਆ ਜਾਵੇ ਮੌਕਾ ਸੰਭਾਲਣ ਦੀ ਗੱਲ ਕੀਤੀ ਕਿਉਂਕਿ ਜਦੋਂ ਕਿਸਾਨ ਤੁਹਾਡੇ ਵਿਰੋਧੀ ਹੋਏ ਉਦੋਂ ਤੁਸੀਂ ਬੀਜੇਪੀ ਛੱਡਤੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਚਲੇ ਗਏ ਤੇ ਹੁਣ ਤੁਸੀਂ ਦੁਬਾਰਾ ਫੇਰ ਅਗਰ ਖੇਤੀਕਰਨ ਵਾਪਸ ਹੋ ਗਿਆ ਤੇ ਤੁਸੀਂ ਫਿਰ ਅਕਾਲੀ ਦਲ ਦੀ ਜਿਹੜੀ ਘਟਨਾ ਕਿਉਂਕਿ ਸਾਡਾ ਪੁਰਾਣਾ ਲਾਇੰਸ ਰਿਹਾ ਔਰ ਅچھے ਸਬੰਧ ਰਹਿ ਸਾਰਿਆਂ ਦੇ ਨਾਲ ਜਿਸ ਦਿਨ ਸੁਖਵੀਰ ਜੀ ਰੈਲੀ 'ਚ ਆਏ ਸੀ ਜੇ ਮੈਂ ਜੁਆਇਨ ਕਰਨਾ ਹੁੰਦਾ ਤੇ ਮੈਂ ਰੈਲੀ 'ਚ ਜਾ ਕੇ ਜੁਆਇਨ ਕਰਦਾ ਘਰ ਬੈਠੇ ਸੀ ਕੋਈ ਅਕਾਲੀ ਦਲ ਦਾ ਪਟਕਾ ਨਹੀਂ ਮੇਰੇ ਪਾਇਆ ਸੀ ਚਾਕੇ ਸਰੋਪਾ ਅਸ ਦੇ ਖੇਡਦਾਰੇ ਮੇਰੇ ਗੱਲ ਦੇ ਵਿੱਚ ਪਾਤਾ ਕਿ ਤਰਲੋਚਨ ਸਿੰਘ ਜੁਆਇਨ ਕਰਕੇ ਜੁਆਇਨ ਕਰ ਗਏ ਪਰ ਮੈਂ ਅਕਾਲੀ ਦਲ ਜੁਆਇਨ ਨਹੀਂ ਕੀਤਾ ਸੀ ਮੈਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਤੁਸੀਂ ਵੇਖਿਆ ਹੋਊਗਾ ਮੈਂ ਅਕਾਲੀ ਦਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਗਤੀਵਿਧੀ ਦੇ ਵਿੱਚ ਕਦੇ ਵੀ ਨਹੀਂ ਗਿਆ ਤਰਲੋਚਨ ਸਿੰਘ ਜੀ ਜਦੋਂ ਤੁਸੀਂ ਭਾਜਪਾ ਨੂੰ ਅਸਤੀਫਾ ਦਿੱਤਾ ਹਾਂਜੀ ਉਸ ਤੋਂ ਬਾਅਦ ਤੁਸੀਂ ਕਿਸਾਨੀ ਸਟੇਜਾਂ ਦੇ ਉੱਤੇ ਗਏ ਉੱਥੇ ਤੁਸੀਂ ਭਾਜਪਾ ਦੇ ਖਿਲਾਫ ਬਹੁਤ ਵੀ ਬੋਲੇ ਬੋਲੇ ਕੀ ਕਾਰਨ ਸੀ ਜਦੋਂ ਤੁਸੀਂ ਨਹੀਂ ਨਹੀਂ ਕਿਹਾ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਇਹ ਇੱਕ ਬਲਬਲੇ ਹੁੰਦੇ ਨੇ ਜਦੋਂ ਮੈਂ ਕਿਸਾਨਾਂ ਦੇ ਨਾਲ ਸੀ ਮੈਂ ਕਿਸਾਨੀ ਦੀ ਗੱਲ ਕੀਤੀ ਆ ਪਰ ਜੇ ਤੁਸੀਂ ਕਹੋ ਵੀ ਮੈਂ ਕਿਸਾਨੀ ਦੀ ਗੱਲ ਦੇ ਨਾਲ ਮੈਂ ਭਾਜਪਾ ਨੂੰ ਸਦਾ ਲਈ ਛੱਡ ਗਿਆ ਸੀ ਜੇ ਕਾਨੂੰਨ ਵਾਪਸ ਨਾ ਹੁੰਦੇ ਹੋ ਸਕਦਾ ਅੱਜ ਮੈਂ ਵੀ ਭਾਜਪਾ ਵਿੱਚ ਵਾਪਸੀ ਨਾ ਕਰਦਾ ਇਹ ਕਾਨੂੰਨ ਵਾਪਸ ਹੋਏ ਨੇ ਦੇਖਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਦਿਖਾਇਆ ਫਿਰ ਪਰ ਅਸੀਂ ਤਾਂ ਛੋਟੇ ਜਿਹੇ ਕਾਰਕਟਰ ਸੀ ਆਪਦੇ ਘਰ ਵਾਪਸ ਕਿਉਂ ਨਹੀਂ ਜਾ ਸਕਦੇ ਲੱਗਨੇ ਲਿਆ ਕਿ ਮੌਕਾ ਹੀ ਸੰਭਾਲਦੇ ਹੋ ਕਿ ਪਹਿਲਾਂ ਵਿਰੋਧ ਹੋਇਆ ਤਾਂ ਛੱਡ ਦਿਓ ਅੱਜ ਮੌਲ ਠੀਕ ਹੋ ਗਿਆ ਤਾਂ ਵਾਪਸ ਆ ਜਾਓ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਤੇ ਮੌਕਾ ਪ੍ਰਾਪਤੀ ਦੀ ਸਿਆਸਤ ਨਾ ਕੀਤੀ ਆ ਤੇ ਨਾ ਕਰਨੀ ਆ ਤੁਸੀਂ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਮੈਂ ਦੋ ਵਾਰ ਜ਼ਿਲ੍ਹਾ ਅਧਿਖਰੇ ਆ ਵੱਡੇ ਵੱਡੇ ਪਦ ਹੋਰ ਬੰਦਿਆਂ ਨੂੰ ਮਿਲੇ ਆ ਕਦੇ ਨਾਰਾਜ਼ਗੀ ਨਹੀਂ ਜਿਤਾਈ ਨਾ ਹੀ ਕਦੇ ਪਾਰਟੀ ਨੂੰ ਨਾਰਾਜ਼ ਹੋ ਕੇ ਭੱਜੇ ਆ ਇਹ ਇੱਕ ਸੁਭ ਬਣ ਗਿਆ ਕਿ ਦੇਸ਼ ਦੀ ਗੱਲ ਸੀ ਇੱਕ ਸਟੇਟ ਦੀ ਗੱਲ ਸੀ ਉਸ ਦੇ ਵਿੱਚ ਮੈਨੂੰ ਰਜਾਈਨ ਦੇਣਾ ਪਿਆ ਔਰ ਅੱਜ ਮੈਂ ਘਰ ਵਾਪਸੀ ਕਰ ਰਿਹਾ ਜੇ ਅਕਾਲੀ ਦਲ ਦੇ ਵਿੱਚ ਤੁਹਾਨੂੰ ਸ਼ਾਮਲ ਕੀਤਾ ਗਿਆ ਤੁਸੀਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕੀਤਾ ਅਗਰ ਤੁਸੀਂ ਕਹਿੰਦੇ ਹੋ ਵੀ ਮੈਂ ਆਪਣੇ ਮਨ ਨਾਲ ਨਹੀਂ ਗਿਆ ਸੀਗਾ ਜ਼ਬਰਦਸਤੀ ਮੈਨੂੰ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਮੈਂ ਮਨ ਦੇ ਨਾਲ ਅਕਾਲੀ ਦਲ ਦੇ ਵਿੱਚ ਗਿਆ ਹੁੰਦਾ ਤੁਸੀਂ ਸਾਰੇ ਪੱਤਰਕਾਰ ਵੀਰ ਬੈਠੇ ਹੋ ਖੜੇ ਹੋ ਮੈਨੂੰ ਦੱਸੋ ਕਿਤੇ ਮੈਨੂੰ ਅਕਾਲੀ ਦਲ ਦੇ ਨਾਲ ਦੇਖਿਆ ਹੋਵੇ ਬਿਲਕੁਲ ਤੁਸੀਂ ਧਰਨੇ ਦੇ ਵਿੱਚ ਗਏ ਸੀਗੇ ਜੀ ਕਿਹੜੇ ਧਰਨੇ ਤੁਹਾਡੇ ਧਰਨੇ ਡੀਸੀ ਦਫਤਰ ਬਾਹਰ ਤੁਹਾਡਾ ਲੱਗਾ ਬਿਲਕੁਲ ਨਹੀਂ ਗਿਆ ਜੀ ਬਿਲਕੁਲ ਬਿਲਕੁਲ ਜਿਸ ਹਾਂ ਜਿਸ ਦਿਨ ਹਰ ਸਿਮਰਤ ਕੋਰ ਬਾਦਲ ਆਏ ਸੀ ਚੋਖਾ ਦੇ ਵਿੱਚ ਮੈਂ ਉਸ ਦਿਨ ਇੱਕ ਦਿਨ ਜ਼ਰੂਰ ਗਿਆ ਕਿਸੇ ਮੈਂ ਧਰਨੇ 'ਚ ਨਹੀਂ ਗਿਆ ਕਿਸੇ ਮੈਂ ਸਟੇਜ ਤੋਂ ਨਹੀਂ ਬੋਲਿਆ ਕਦੇ ਮੈਂ ਕਦੇ ਮੇਰੀ ਗੱਲ ਸੁਣ ਲਓ ਨਾ ਮੈਂ ਕਿਸੇ ਪਿੰਡ 'ਚ ਗਿਆ ਨਾ ਮੈਂ ਕਿਸੇ ਨੂੰ ਵੋਟ ਕਹਿਣ ਗਿਆ ਕਦੇ ਵੀ ਨਹੀਂ ਤਰਲੋਚਾ ਸਿੰਘ ਜੀ ਤੁਸੀਂ ਇਹ ਗੱਲ ਕਹਿ ਰਹੀ ਆਗੇ ਆ ਕਿ ਤੁਹਾਡੀਆਂ ਕੋਈ ਰਿਸ਼ਤੇਦਾਰੀਆਂ ਸੀ ਜਾਂ ਤੁਹਾਡਾ ਲੱਗਿਆ ਸੀਗਾ ਹੂੰ ਹੋਰ ਵੀ ਜਿਹੜੇ ਇਹੋ ਜੇ ਮੈਂਬਰ ਅਗੇ ਨੇ ਤੁਹਾਡੇ ਅਹੁਦੇਦਾਰ ਨੇ ਉਹਨਾਂ ਦੇ ਘਰਾਂ ਬਾਰ ਵੀ ਧਰਨੇ ਲੱਗੇ ਸੀਗੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਸੀਗੇ ਦੇਖੋ ਮੇਰਾ ਤੇ ਮੈਂ ਸਮਝਦਾ ਕਿ ਮੈਂ ਪਿੰਡੂ ਹੋਣ ਦੇ ਨਾਤੇ ਮੇਰਾ ਪਿੰਡ ਦੇ ਨਾਲ ਸੰਬੰਧ ਹੋਣ ਦੇ ਨਾਤੇ ਤੁਸੀਂ ਸਮਝਦੇ ਹੋ ਕਿ ਸ਼ਹਿਰ ਤੇ ਪਿੰਡ ਦਾ ਬਹੁਤ ਵੱਡਾ ਫਰਕ ਹੁੰਦਾ ਮੈਂ ਆਪਦੇ ਪਿੰਡ ਘਰ ਰੋਜ਼ ਜਾਣਾ ਆਉਣਾ ਹੁੰਦਾ ਸੀ ਪਿੰਡ ਵੀ ਮੇਰਾ ਘਰ ਆ ਔਰ ਉਥੋਂ ਦੇ ਲੋਕਾਂ ਦੇ ਤਾਣੇ ਮੇਨੇ ਸਹਨੇ ਔਰ ਲੋਕਾਂ ਦੇ ਵਿੱਚ ਵਿਚਰਨਾ ਬੜਾ ਮੁਸ਼ਕਲ ਹੁੰਦਾ ਸੀ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੁੰਦਾ ਸੀ ਇਸ ਕਰਕੇ ਮੈਨੂੰ ਇਹ ਕਦਮ ਚੱਕਣਾ ਪਿਆ ਸੀ ਅੱਜ ਜੇ ਕਾਨੂੰਨ ਬਾਸ ਹੋ ਗਏ ਆ ਤੇ ਮੈਂ ਆਪਦੀ ਘਰ ਵਾਪਸੀ ਕੀਤੀ ਆ ਮੈਨੂੰ ਨਹੀਂ ਸਮਝਦਾ ਕੋਈ ਮੈਂ ਪਹਿਲਾਂ ਗਲਤ ਕੀਤਾ ਸੀ ਜਾਂ ਮੈਂ ਅੱਜ ਗਲਤ ਕੀਤਾ ਦੇਖੋ ਜੀ ਸਾਰੇ ਜਿਹੜੇ ਪਿਛਲੇ ਹਾਲਾਤ ਚੱਲਦੇ ਪਏ ਸੀ ਉਸ ਮੁਤਾਬਕ ਜਿਹੜੇ ਕਾਨੂੰਨ ਆਏ ਸੀਗੇ ਬੜਾ ਵਿਰੋਧ ਸੀਗਾ ਜਿਹੜੇ ਸਿੱਖ ਪਰਿਵਾਰਾਂ ਵਿੱਚ ਕਹਿ ਲਈਏ ਜਾਂ ਕਿਸਾਨਾਂ ਦੇ ਵਿੱਚ ਉਸ ਦੇ ਮੱਦੇ ਨਜ਼ਰ ਇਹਨਾਂ ਦੇ ਕਰੇ ਧਰਨਾ ਵੀ ਲੱਗਿਆ ਸੀਗਾ ਇਹਨਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਸੀਗਾ ਤੇ ਕਾਲੇ ਦਲ ਸ਼ਾਮਲ ਹੋਏ ਸੀਗੇ ਪਰ ਮੈਂ ਕਹਿੰਦਾ ਵੀ ਹੁਣ ਜਿਹੜੇ ਕਾਨੂੰਨ ਵਾਪਸ ਹੋ ਗਏ ਉਹਨਾਂ ਨੂੰ ਵੇਖਦੇ ਹੋਏ ਜਿਹੜੇ ਹੈ ਗਿੱਲ ਸਾਹਿਬ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੁਬਾਰਾ ਸਾਡੇ ਨਾਲ ਵਾਪਸ ਆ ਗਏ ਆ ਤੇ ਇਹਨਾਂ ਦੇ ਆਉਣ ਨਾਲ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਟੀਮ ਹੈ ਉਹਨੂੰ ਮਜ਼ਬੂਤੀ ਮਿਲੂਗੀ ਆਉਣ ਵਾਲਾ ਸਮਾਂ ਇਲੈਕਸ਼ਨਾਂ ਦਾ ਸਮਾਂ ਹੈ ਤੇ ਇਹਦੇ ਨਾਲ ਪਾਰਟੀ ਸਾਡੀ ਮਜ਼ਬੂਤ ਹੋਊਗੀ ਘਰ ਵਾਪਸੀ ਕਿਹਾ ਜਾ ਸਕਦਾ ਹੈ ਜਾਂ ਕਾਲੀ ਦਲ ਛੱਡ ਕੇ ਬੀਜੇਪੀ ਕੀ ਹੋਗੀ ਕਾਲੀ ਦਲ ਛੱਡ ਕੇ ਬੀਜੇਪੀ ਚ ਆਇਆ ਜਾਂ ਘਰ ਵਾਪਸੀ ਦੇਖੋ ਕਾਲੀ ਦਲ ਦਿੱਤਾ ਸੀਗੇ ਗਏ ਉਹ ਚ ਕੋਈ ਸ਼ੱਕ ਨਹੀਂਗਾ ਕਾਲੀ ਦਲ ਚ ਗਏ ਸੀਗੇ ਉਹ ਖਬਰਾਂ ਖਬਰਾਂ ਤੁਹਾਡੇ ਮਾਧਮ ਨਾਲ ਤੁਹਾਨੂੰ ਪਤਾ ਲੱਗਾ ਸੀ ਸਾਡੇ ਦਾ ਕਾਲੀ ਦਲ ਨਾਲ ਕੋਈ ਐਡੀ ਅਟੈਚਮੈਂਟ ਹੈ ਨਹੀਂ ਕਿ ਉਦੋਂ ਉਦੋਂ ਬਾਅਦ ਦੇ ਜੋ ਛੱਡ ਕੇ ਗਏ ਆ ਤੁਹਾਡੇ ਖਬਰਾਂ ਰਹੀਂ ਤੁਹਾਨੂੰ ਪਤਾ ਲੱਗਾ ਸੀ ਅਖਬਾਰ ਰਹੀਂ ਪ੍ਰਿੰਟ ਮੀਡੀਆ ਰਹੀਂ ਤੇ ਇਲੈਕਟ੍ਰੋਨਿਕ ਮੀਡੀਆ ਰਹੀਂ ਉਸ ਦੇ ਮੁਤਾਬਕ ਤਾਂ ਜਿਹੜਾ ਹੈ ਕਾਲੀ ਦਲ ਛੱਡ ਕੇ ਆਏ ਸਾਡੇ ਕੋਲੇ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਇਹ ਲੱਗ ਰਿਹਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਆਪਦੀ ਸੁਭਦਾ ਦੇ ਅਨੁਸਾਰ ਪਾਰਟੀ ਬਦਲੋ ਜਦੋਂ ਮਰਜ਼ੀ ਕਿਤੇ ਚਲੇ ਜਾਓ ਨਹੀਂ ਸਾਡੇ ਬੜੇ ਪੁਰਾਣੇ ਕਾਰਕਾਰਤਾ ਬੜੇ ਪੁਰਾਣੇ ਵਰਕਰ ਆ ਬੜੇ ਸੀਨੀਅਰ ਆ ਉਹਨਾਂ ਨੂੰ ਕੋਈ ਹੋ ਜੀਆਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਹੋਣਗੀਆਂ ਜਿੰਨਾ ਕਰਕੇ ਉਹਨਾਂ ਨੇ ਫੈਸਲਾ ਲਿਆ ਸੀਗਾ ਪਰ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਕਿ ਉਹ ਵਾਪਸ ਭਾਰਤ ਜਨਤਾ ਪਾਰਟੀ ਚ ਆਏ ਆ ਪ੍ਰਧਾਨ ਜੀ ਧਰਨਾ ਤਾਂ ਤੁਹਾਡੇ ਘਰ ਦੇ ਬਾਹਰ ਵੀ ਲੱਗਾ ਸੀਗਾ ਤੇ ਤੁਸੀਂ ਨਹੀਂ ਪਾਰਟੀ ਛੱਡੀ ਤੇ ਇਹਨਾਂ ਨੂੰ ਛੱਡਣ ਦੀ ਕੀ ਹਰ ਆਦਮੀ ਦੀਆਂ ਆਪਣੀਆਂ ਮਜਬੂਰੀਆਂ ਆਪਣੀ ਵਿਚਾਰਧਾਰਾ ਜੀ ਆਪਣੀ ਆਪਣੀ ਸੋਚ ਆਪਣੀ ਆਪਣੀ ਸਮਝ ਆ ਜਿਸ ਨੂੰ ਜਿਵੇਂ ਸਹੀ ਲੱਗਾ ਉਹਨੇ ਉਸ ਤਰੀਕੇ ਨਾਲ ਕਰ ਲਿਆ ਜਿਵੇਂ ਮੈਨੂੰ ਠੀਕ ਲੱਗਾ ਮੈਂ ਉਸ ਤਰੀਕੇ ਨਾਲ ਕਰ ਲਿਆ ਜੀ रिशा बेगम एक औरत एक औरत ही समझ सदी है रूहानी का मालकान दुनिया का सब तो चमत्कारी इल्म मेरे को ले। मेरे है कोई काट नहीं काला इल्म करना आते तोड़ना हर बस गल नहीं परेशानी जिम्मे लव मैरिज पति पत्नी चगड़ा छुटकारा तलाक केस बुरे सपने विदेश यात्रा बुरी संगत या नशा छुड़ा बीमारी च दवा न लगना वशीकरण एक सच्चाई है वशीकरण करवाओ मन चाह प्यार पाओ किस्मत च लॉटरी का योग है या नहीं सच्चाई जानो लॉटरी नंबर पाओ भावे छह सौ उन्जा हो लोटोमैक्स ग्यारह घंटे चवाओ हर परेशानी का हल घर बैठे अस्टाम पेपर से लिख के लवो कम की गरंटी ਜਾ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460